ਦੇਖੋ ਸਾਡੇ ਕੋਲ 7:30-7:30 ਵਜੇ ਇਨਫੋਰਮੇਸ਼ਨ ਆਈ ਤੋ ਜਦੋਂ ਅਸੀਂ ਆਏ ਇੱਥੇ ਇਦਾਂ ਦੀ ਕੋਈ ਪਰਮਾਤਮਾ ਦੀ ਮਿਹਰ ਹੈ ਕਿ ਕੋਈ ਜਾਨੀ ਮਾਨੀ ਨੁਕਸਾਨ ਹਾਲੇ ਤੱਕ ਕੋਈ ਨਹੀਂ ਹੋਇਆ ਤੇ ਸਾਰੇ ਦੇ ਸਾਰੇ ਅਸੀਂ ਇੱਥੋਂ ਸੇਫਲੀ ਬਾਹਰ ਕਰ ਦਿੱਤੇ ਹੋਏ ਔਰ ਡਿਪਟੀ ਸਾਹਿਬ ਜੋ ਪਿੱਛੇ ਲੁਧਿਆਣੇ ਦੇ ਵਿੱਚ ਹੋਇਆ ਇਹ ਜਿਹੜੀਆਂ ਬਾਹਰਲੀਆਂ ਪਾਲਿਸੀਆਂ ਦੀ ਨੀਤੀ ਹੈ ਅੱਜ ਇੱਥੇ ਪਬਲਿਕ ਕਿਉਂ ਨਹੀਂ ਹੋ ਰਹੀਆਂ ਨਹੀਂ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਡਿਪਟੀ ਸਾਹਿਬ ਦੱਸਿਓ ਕਿ ਫੋਰਸ ਜਿਹੜੀ ਇੱਥੇ ਕਿੰਨੇ ਕੁ ਜਿਹੜੀ ਪਹੁੰਚ ਚੁੱਕੀ ਸੀਗੀ ਅਤੇ ਕੋਈ ਮਾਲੀ ਨੁਕਸਾਨ ਦਾ ਜਿਹੜਾ ਖਦਸ਼ਾ ਉਹ ਦੱਸ ਨਹੀਂ ਫੋਰਸ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੇ SHO ਸਦਰ ਸੋਨਮਦੀਪ ਕੌਰ ਨੇ ਨਾਕਾ ਰਾਜਾਪੁਰ ਲਾਇਆ ਹੋਇਆ ਸੀ ਵਿਦਿਨ ਹਾਰਡਲੀ 10-12 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਸੀ ਇੱਥੋਂ ਆਉਂਦੇ ਸਾਰ ਹੀ ਇਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਸੀ ਪਬਲਿਕ ਨੂੰ ਸੇਫਲੀ ਬਾਹਰ ਮੂਵ ਕੀਤਾ ਜਾਵੇ ਹਾਂਜੀ ਦੇਖਦੇ ਹਾਂ ਪ੍ਰੋਸੀਡਿੰਗ ਦੇਖਦੇ ਕੀ ਹੈਗੀ ਹੈ ਕਪੂਰਥਲੇ ਇੰਸੀਡੈਂਟ ਰਿਪੋਰਟ ਹੋਇਆ ਹੈਗਾ ਮਤਲਬ ਇਹ ਸੈਟਿਸਫੈਕਟਰੀ ਗੱਲ ਇਹ ਹੈਗੀ ਹੈ ਵੀ ਕੋਈ ਵੀ ਕੈਜੂਅਲਟੀ ਨਹੀਂ ਹੋਈ ਹੈਗੀ ਹੈ ਔਰ ਇਹਦਾ ਕੋਈ ਪੋਲਿਸੀ ਦੇ ਨਾਲ ਸੰਬੰਧ ਨਹੀਂ ਹੈਗਾ ਬੇਸਿਕਲੀ ਇੱਕ ਟੈਕਨੀਕਲ ਗਲਿਚ ਸੀਗਾ ਔਰ ਅਸੀਂ ਹੁਣ ਕੰਸਰਨ ਜਿਹੜਾ ਹੈਗਾ ਕੋਲਡ ਸਟੋਰੇਜ ਉੱਥੇ ਹੀ ਖੜ੍ਹੇ ਹੈਗੇ ਮੇਰੇ ਨਾਲ DSP ਸਾਹਿਬ ਨੇ ਸਾਡੇ NT ਸਾਹਿਬ ਹੈਗੇ ਨੇ SHO ਸਾਹਿਬ ਹੈਗੇ ਨੇ ਅਤੇ ਪੁਲਿਸ ਦੀ ਟੀਮਸ ਹੈਗੀਆਂ ਨੇ ਔਰ ਮੈਡੀਕਲ ਟੀਮਸ ਹੈਗੀਆਂ ਨੇ ਫਾਇਰ ਬ੍ਰਿਗੇਡਸ ਹੈਗੀਆਂ ਮਤਲਬ ਸਾਨੂੰ ਜਿਵੇਂ ਹੀ ਪਤਾ ਲੱਗਾ ਹੈਗਾ ਅਸੀਂ ਤਕਰੀਬਨ 20-25 ਮਿੰਟਾਂ ਦੇ ਅੰਤਰਾਲ ਦੇ ਅੰਦਰ ਆਪਾਂ ਸਾਰੇ ਇੱਥੇ ਮੌਜੂਦ ਹੋ ਗਏ ਸੀਗੇ ਔਰ ਅਸੀਂ ਪਿੰਡ ਜਿਹੜੇ ਨਾਲ ਦੇ ਪਿੰਡ ਹੈਗੇ ਉਹਨਾਂ ਨੂੰ ਇਵੈਕੂਏਟ ਕਰ ਦਿੱਤਾ ਸੀ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਰਿਹਾ ਹੈਗਾ ਔਰ ਮੈਂ ਫਿਰ ਉਹੀ ਦੁਹਰਾਵਾਂਗਾ ਕਿ ਮਤਲਬ ਪਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਕਿਸਮ ਦੀ ਕੋਈ ਇਹਦੇ ਵਿੱਚ ਕਾਰਨ ਤਾਂ ਦੇਖੋ ਟੈਕਨੀਕਲੀ ਜਿਹੜੇ ਹੈਗੇ ਆ ਨਾ ਜਿਹੜੇ ਐਕਸਪਰਟਸ ਹੈਗੇ ਉਹੀ ਮੈਂਸ਼ਨ ਕਰ ਸਕਦੇ ਹੈਗੇ ਆ ਬਟ ਇਹ ਸ਼ੋਰ ਹੈਗਾ ਕਿ ਕੋਈ ਇਹਨਾਂ ਦੀ ਜਿਹੜੀ ਪਾਈਪਸ ਹੈਗੀਆਂ ਨੇ ਗੈਸ ਦੀਆਂ ਉਹਦੇ ਵਿੱਚ ਲੀਕੇਜ ਹੋ ਗਈ ਸੀ ਔਰ ਮੋਸਟ ਪ੍ਰੋਬਬਲੀ ਸ਼ਾਇਦ ਅਮੋਨੀਆ ਗੈਸ ਹੈਗੀ ਆ ਮੈਂ ਕਨਫਰਮੇਸ਼ਨ ਦੇ ਨਾਲ ਤਾਂ ਨਹੀਂ ਕਹਿ ਸਕਦਾ ਕਿੰਨੇ ਕੁ ਵਜੇ ਦਾ ਵਾਕਿਆ ਹੈਗਾ ਸਰ ਇਹ ਤਕਰੀਬਨ ਮੈਨੂੰ ਲੱਗਦਾ ਹੈਗਾ 7:30-8:00 ਦੇ ਕਰੀਬ ਦਾ ਇੰਨੇ ਕੁ ਦੇ ਗਏ 7:30-8:00 ਹਾਂ ਹਾਂ ਇਸ ਇੰਨੇ ਕੁ ਕਰੀਬ ਦਾ ਹੈਗਾ ਹਾਂਜੀ ਇਮੀਜੀਏਟਲੀ ਅਸੀਂ ਜਿਹੜੇ ਗੁਰਦੁਆਰਿਆਂ ਦੇ ਵਿੱਚ ਅਨਾਊਂਸਮੈਂਟ ਕਰਵਾ ਕੇ ਜਿਹੜੇ ਸਰਪੰਚ ਸਾਹਿਬਾਨ ਹੈਗੇ ਉਹਨਾਂ ਨੂੰ ਰਿਕੁਐਸਟ ਕੀਤੀ ਹੈਗੀ ਕਿ ਇਮੀਜੀਏਟਲੀ ਜਿਹੜੇ ਹੈਗੇ ਆ ਪਿੰਡਾਂ ਦੇ ਨਿਵਾਸੀ ਹੈਗੇ ਉਹਨਾਂ ਨੂੰ ਫਰਦਰ ਜਿਹੜਾ ਹੈਗਾ ਆਪਾਂ ਪੁਸ਼ ਕਰੀਏ ਔਰ ਇੱਥੋਂ ਅਗਲਾ ਪਿੰਡ ਜਿਹੜਾ ਨਾਨੂ ਮੱਲੀਆਂ ਹੈਗਾ ਇੱਥੋਂ ਕੜਾਲ ਖੁਰਦੇ ਸਾਰੇ ਜਿਹੜੇ ਹੈਗੇ ਆ ਵਾਸ਼ਿੰਦੇ ਉੱਧਰ ਚਲੇ ਗਏ ਸੀਗੇ ਔਰ ਫਿਰ ਮੈਂ ਕਹਾਂਗਾ ਬਹੁਤ ਉਹਨਾਂ ਦਾ ਸਹਿਯੋਗ ਹੈਗਾ ਧੰਨਵਾਦ ਹੈਗਾ ਕਿ ਇਹਦੇ ਨਾਲ ਉਹਨਾਂ ਦੀ ਇਸ ਵਜ੍ਹਾ ਦੇ ਨਾਲ ਜਿਹੜਾ ਹੈਗਾ ਕੋਈ ਵੀ ਜਿਹੜੀ ਹੈਗੀ ਆ ਮੰਦਭਾਗੀ ਨਿਊਜ਼ ਨਹੀਂ ਆਈ ਹੈਗੀ ਐਸ ਜੀ ਐਮ ਸਾਹਿਬ ਜਿੱਦਾਂ ਲੁਧਿਆਣੇ ਦੇ ਵਿੱਚ ਗੈਸ